ਸਤਿ ਸ਼੍ਰੀ ਅਕਾਲ ਜੀ, ਮੈਂ ਅਮਨ ਜੋਹਲ। ਅਤੇ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਦਾ ਦੌਰ ਜਿਹੜਾ ਬੜਾ ਸਟ੍ਰੈਸ ਦਾ, ਬੜਾ ਟੈਨਸ਼ਨ ਦਾ ਦੌਰ ਹੈ। ਅਤੇ ਇਸ ਦੌਰ ਦੇ ਵਿੱਚ ਕੁਝ ਕਿਰਦਾਰ ਇੱਦਾਂ ਦੇ ਨੇ ਜਿਹੜੇ ਸਾਨੂੰ ਸਾਰਿਆਂ ਨੂੰ ਹਸਾ ਜਾਂਦੇ ਨੇ, ਸਾਡੇ ਚਿਹਰਿਆਂ 'ਤੇ ਮੁਸਕਾਨ ਜਿਹੜੀ ਉਹ ਲਿਆ ਜਾਂਦੇ ਨੇ। ਸੋ ਇੱਦਾਂ ਦਾ ਇੱਕ ਚਿਹਰਾ ਤੁਹਾਡੀ ਨਜ਼ਰ ਕਰਨ ਜਾ ਰਹੀ ਹਾਂ, ਤੁਹਾਨੂੰ ਮਿਲਾਉਣ ਜਾ ਰਹੀ ਹਾਂ ਤੁਹਾਡੇ ਆਪਣੇ ਸਟਾਰ ਟਿਕਟੋਕ 'ਤੇ ਸਟਾਰ ਭਾਬੀ ਚੁੰਮਿਆਂ ਵਾਲੀ ਜਿੰਦਾ ਹੰਸ ਜੀ। ਸਤਿ ਸ਼੍ਰੀ ਅਕਾਲ ਜੀ। ਭਾਬੀ ਜੀ, ਟਿਕਟੋਕ ਨੇ ਤੁਹਾਨੂੰ ਸਟਾਰ ਬਣਾਤਾ, ਘਰ ਤੋਂ ਬਾਹਰ ਆ ਕੇ ਟਿਕਟੋਕ ਦੇ ਨਾਲ ਲੋਕਾਂ ਦੇ ਵਿੱਚ ਤੁਹਾਡੇ ਚਿਹਰੇ ਦੀ ਪਹਿਚਾਣ ਹੋਈ, ਔਰ ਅੱਜ ਇਹ ਜਿਹੜੀ ਪਹਿਚਾਣ ਹੈ ਤੁਹਾਨੂੰ, ਇਹਨੂੰ ਕਿੱਦਾਂ ਦਾ ਮਹਿਸੂਸ ਕਰਦੇ ਹੋ? ਬਹੁਤ ਵਧੀਆ ਮਹਿਸੂਸ ਕਰਦੇ ਹਾਂ। ਸਾਨੂੰ ਮਿਲਣ ਆਉਂਦੇ ਆ, ਫੋਟੋ ਖਿਚਾਉਂਦੇ, ਬਹੁਤ ਜ਼ਿਆਦਾ ਪਿਆਰ ਕਰਦੇ ਆ, ਇੰਨਾ ਪਿਆਰ ਕਰਦੇ ਨਾ ਉਹਨਾਂ ਦਾ, ਮੈਂ ਕਿਹਾ ਘਰ ਵਾਲੀ ਨੂੰ ਪਿਆਰ ਨਹੀਂ ਕਰਦਾ ਜਿੰਨਾ ਮੈਨੂੰ ਕਰਦੇ ਆ ਪਿਆਰ। ਕੀ ਬਾਤ ਹੈ ਜੀ। ਅੱਛਾ, ਜਦੋਂ ਘਰ ਵਾਲੀ ਨੂੰ ਪਿਆਰ ਨਹੀਂ ਕਰਦੇ ਤੁਹਾਨੂੰ ਪਿਆਰ ਕਰਦੇ, ਤੇ ਜਿੰਦਾ ਜੀ ਜਦੋਂ ਇਹਨਾਂ ਨੂੰ ਪਿਆਰ ਕਰਦੇ ਤੁਹਾਨੂੰ ਕਿੱਦਾਂ ਦਾ ਲੱਗਦਾ? ਹਾਂਜੀ, ਮੈਨੂੰ ਜੀ ਜਦੋਂ ਇਹ ਪਬਲਿਕ ਨੂੰ ਪਿਆਰ ਕਰਦਾ ਜਾਂ ਕਹਿੰਦੇ ਮੈਂ ਮੈਨੂੰ ਪਿਆਰ ਕਰ, ਨਹੀਂ ਜਦੋਂ ਲੋਕੀ ਭਾਬੀ ਨੂੰ ਪਿਆਰ ਕਰਦੇ, ਮੈਨੂੰ ਤਾਂ ਕੋਈ ਮਾੜਾ ਨਹੀਂ ਲੱਗਦਾ ਜੀ। ਮੈਂ ਤਾਂ ਕਹਿੰਦਾ ਠੀਕ ਆ, ਪੰਜਵਾਂ ਚੱਕਾ ਇਹ ਗੱਡੀ ਦਾ, ਠੀਕ ਆ ਨਾ, ਅਸੀਂ ਤਾਂ ਚੌਥੇ ਹੀ ਆ, ਇਹਨੇ ਪੰਜਵਾਂ ਹੀ ਰਹਿਣਾ ਵਾ, ਜੋ ਕੁਛ ਅਸੀਂ ਕਹਿਣਾ ਉਹੀ ਕੁਛ ਇਹਨੇ ਕਹਿਣਾ ਵਾ, ਸਾਨੂੰ ਤਾਂ ਬਹੁਤ ਸੋਹਣਾ ਲੱਗਦਾ ਜੀ। ਕੀ ਬਾਤ ਹੈ ਜੀ। ਹੁਣ ਤੁਹਾਡੀਆਂ ਕਾਫੀ ਫਿਲਮਾਂ ਆ ਰਹੀਆਂ ਨੇ, ਹੁਣੇ ਹੁਣੇ ਤੁਹਾਡੀ ਫਿਲਮ ਆ ਰਹੀ ਹੈ, ਸ਼ੂਟਿੰਗ ਕੰਪਲੀਟ ਕੀਤੀ ਤੁਸੀਂ ਪੜਥੂ ਭਾਬੀ ਦਾ, ਸੋ ਕਿੱਦਾਂ ਦਾ ਲੱਗਦਾ? ਕਦੀ ਸੋਚਿਆ ਸੀ ਕਿ ਅਸੀਂ ਘਰ ਤੋਂ ਬਾਹਰ ਨਿਕਲ ਕੇ ਫਿਲਮਾਂ ਤੱਕ ਵੀ ਜਾਵਾਂਗੇ? ਹਾਂਜੀ, ਮੈਂ ਸੋਚਿਆ ਸੀ, ਮੈਂ 35 ਸਾਲ ਪੁਰਾਣਾ ਕਲਾਕਾਰ ਹਾਂ, ਕੋਈ ਮੈਂ ਨਵਾਂ ਨਹੀਂ ਹੈਗਾ। ਮੈਂ ਰਾਮਲੀਲਾ ਦੇ ਵਿੱਚ ਡਾਇਰੈਕਟਰੀ ਕਰਦਾ ਰਿਹਾ, ਜਾਗਰਣ ਦੇ ਵਿੱਚ ਟਾਂਡਵ ਕਰਦਾ ਰਿਹਾ, ਬਹੁਤ ਵੱਡੇ ਵੱਡੇ ਪ੍ਰੋਗਰਾਮ ਕਰਨ ਦੇ, ਪੰਜਾਬੀ ਸਟੇਜਾਂ ਵੀ ਕਰੀਆਂ ਨੇ, ਐਸੀ ਗੱਲ ਨਹੀਂ, ਕੋਈ ਝੂਠ ਨਹੀਂ ਬੋਲਦੇ, ਸੱਚ ਆ। ਕਿਉਂਕਿ ਲੋਕਾਂ ਕੋਲ ਇਹ ਖਬਰ ਜਾਣੀ ਆ, ਲੋਕ ਹੱਸਣਗੇ ਵੀ ਜਿੰਦਾ ਹੰਸ ਝੂਠ ਬੋਲਦਾ, ਮੈਂ ਬਾਬੇ ਪੁੱਲ ਦਾ ਭਗਤ ਹਾਂ। ਹਾਂਜੀ, ਆਰ ਵੀਰ ਸਾਨੂੰ ਇੰਨਾ ਸੋਹਣਾ ਡਾਇਰੈਕਟਰ ਮਿਲਿਆ, ਹਾਏ ਰੱਬਾ, ਇੰਨਾ ਪਿਆਰਾ ਡਾਇਰੈਕਟਰ ਮਿਲਿਆ ਆਰ ਵੀਰ ਜੀ। ਉਹਨਾਂ ਨੇ ਇੰਨੇ ਪਿਆਰ ਨਾਲ ਭਾਬੀ ਦੇ ਪੜਥੂ 'ਚ ਹਰ ਕਲਾਕਾਰ ਦੇ ਨਾਲ ਕੰਮ ਕਰਾਇਆ ਅਤੇ ਹਰ ਕਲਾਕਾਰ ਨੂੰ ਸਤਿਕਾਰ ਦਿੱਤਾ। ਮੈਨੂੰ ਇਹ ਪਤਾ, ਚਲੋ ਮੈਂ ਤਾਂ ਨਹੀਂ ਅੱਗੇ ਫਿਲਮ ਦੇ ਵਿੱਚ ਹੀ ਜ਼ਿਆਦਾ ਬੜਿਆ ਹੈਗਾ, ਮੈਨੂੰ ਨਹੀਂ ਪਤਾ ਵੀ ਇਹੋ ਜਿਹਾ ਡਾਇਰੈਕਟਰ ਸਾਨੂੰ ਮਿਲ ਸਕਦਾ ਸੀ ਜਾਂ ਮਿਲੂਗਾ, ਪਰ ਸਾਡੇ ਆਰ ਵੀ ਡਾਇਰੈਕਟਰ ਆ ਨਾ, ਬਾਹਲੀ ਚੰਗੇ ਜੀ। ਚਿੰਦਾ ਜੀ ਔਰ ਭਾਬੀ ਜੀ, ਮੈਂ ਤੁਹਾਨੂੰ ਦੋਵਾਂ ਨੂੰ ਇਹ ਗੱਲ ਪੁੱਛਣਾ ਚਾਹੂੰਗੀ ਕਿ ਟਿਕਟੋਕ ਦੇ ਜ਼ਰੀਏ ਤੁਹਾਡੀ ਪਹਿਚਾਣ ਬਣੀ ਲੋਕਾਂ 'ਚ, ਤੁਹਾਨੂੰ ਕੋਈ ਫਾਈਨੈਂਸ਼ਲੀ ਪੈਸੇ ਪੱਕੋਂ ਕੋਈ ਮਦਦ ਹੋਈ ਹੈ? ਹਾਂਜੀ ਸਿਸਟਰ, ਜਦੋਂ ਨਾ ਅਸੀਂ ਬਾਹਰ ਵੀਡੀਓ ਬਣਾ ਕੇ ਭੇਜਦੇ ਹਾਂ ਨਾ, ਕੋਈ ਸਾਨੂੰ 10,000 ਪਾਉਂਦਾ, ਕੋਈ 5,000 ਪਾਉਂਦਾ, ਸਾਨੂੰ ਵਾਹਵਾ ਮਦਦ ਮਿਲਦੀ ਹੈ, ਐਸੀ ਗੱਲ ਨਹੀਂ। ਚਲੋ ਘਰ ਗੁਜ਼ਾਰੇ ਜੋਗੀ ਚੱਲਦੀ ਹੈ, ਪਰ ਮੋਦੀ ਨੇ ਤਾਂ ਤੁਹਾਡਾ ਵੱਡਾ ਵੱਡਾ ਦਾ, ਮੋਦੀ ਜੀ ਟਿਕਟੋਕ ਚਲਾ ਦੋ, ਕਿਉਂ ਬੇਈਮਾਨੀ ਕਰਦੇ ਆ ਤੁਸੀਂ ਸਾਡੇ ਨਾਲ, ਕਿਉਂ ਸਾਡੇ ਢਿੱਡ ਤੇ ਲੱਤ ਮਾਰਦੇ ਆ, ਥੋੜੀ ਸ਼ਰਮ ਸ਼ੁਰਮ ਨਹੀਂ ਆਉਂਦੀ ਤੁਹਾਨੂੰ? ਕੋਈ ਆਪਣੇ ਪਿਤਾ ਜੀ ਆ, ਆਪਣਾ ਬਾਪ ਆਪਣਾ ਪਿਤਾ ਜੀ ਨੂੰ ਕਹਿਣਾ, ਗੁਆਂਢੀਆਂ ਨੂੰ ਥੋੜੀ ਕਹਿਣਾ ਮੈਂ। ਕੀ ਬਾਤ ਹੈ ਜੀ, ਬੜੀ ਸੋਹਣੀ ਗੱਲ ਹੈ ਜੀ ਤੁਹਾਡੀ, ਕਿ ਮੋਦੀ ਨੂੰ ਕੀ ਸਪੈਸ਼ਲੀ ਸਰਕਾਰ ਨੂੰ ਗੁਜ਼ਾਰਿਸ਼ ਹੈ ਕਿ ਟਿਕਟੋਕ ਜਿਹੜੀ ਉਹਨੂੰ ਚਲਾ ਦਿਓ, ਕਿਉਂਕਿ ਬਹੁਤ ਕੁਛ ਇੱਦਾਂ ਦਾ ਜਿਹੜਾ ਚਾਈਨਾ ਤੋਂ ਆ ਰਿਹਾ ਅਤੇ ਅਸੀਂ ਡੇਲੀ ਯੂਜ਼ ਵੀ ਕਰ ਰਹੇ ਹਾਂ। ਟਿਕਟੋਕ ਨੇ ਬਹੁਤ ਸਾਰੇ ਗਰੀਬਾਂ ਨੂੰ ਰੁਜ਼ਗਾਰ ਵੀ ਦਿੱਤਾ ਸੀ, ਬਹੁਤ ਸਾਰਿਆਂ ਨੂੰ ਫਾਈਨੈਂਸ਼ਲੀ ਹੈਲਪ ਦਿੱਤੀ ਸੀ, ਸੋ ਇਸ ਲਈ ਟਿਕਟੋਕ ਬਹੁਤ ਹੀ ਜ਼ਰੂਰੀ ਆ। ਸੋ ਕੋਈ ਵੀ ਇੱਕ ਤੁਹਾਡਾ ਜਿਹੜਾ ਫੇਮਸ ਡਾਇਲੌਗ ਸੀ ਹੋ ਜੇ, ਕੀ ਹਾਲ ਚਾਲ ਦਿਓਰੇ ਤੇ ਨਣਦ, ਆ ਚੱਕ ਚੁੰਮਾ, ਪਤਾ ਨਹੀਂ ਵੀਰਵਾਰ ਹੈ ਕਿ ਜੁੰਮਾ, ਅੱਜ ਹੈ ਤਾਂ ਜੁੰਮਾ, ਲੈ ਲਓ ਭਾਬੀ ਦਾ ਚੁੰਮਾ, ਥੈਂਕ ਯੂ ਰਣਜੀਤ ਕੌਰ ਭਾਬੀ ਵੱਲੋਂ, ਆ ਚੱਕ ਡੋਲਾ ਤੇ ਆ ਚੱਕ ਪੱਟ, ਭਾਬੀ ਰਣਜੀਤ ਕੌਰ ਨਹੀਂ ਕਿਸੇ ਨਾਲ ਵੀ ਘੱਟ ਗਈਆਂ, ਤਾਂ ਭਾਬੀ ਕੱਢਦੀ ਆ ਵੱਟ, ਭਾਬੀ ਕੁੱਤੇ ਤੋਂ ਵੀ ਡਰਦੀ ਆ, ਸੌਣ ਲੱਗੇ ਇਹਨੇ ਲੋਕਾਂ ਨੇ ਕੀ ਵੱਟ ਕੱਢਣੇ, ਆਪਣੇ ਘਰ ਵਾਲੇ ਦੀ ਵੱਟ ਕਰੇ ਕੱਢੇ ਹੋਏ ਨੇ ਜੀ, ਝੂਠ ਬੋਲਦੇ ਨੇ। ਅੱਛਾ ਜਿੰਦਾ ਜੀ, ਜਦੋਂ ਤੁਸੀਂ ਘਰ ਹੁੰਦੇ ਹੋ ਦੋਵੇਂ ਜਾਣੇ, ਤੇ ਇਦਾਂ ਹੀ ਮਤਲਬ ਆਪਣੇ ਘਰ ਵੀ ਇਦਾਂ ਇੰਜੋਏ ਕਰਦੇ ਹੋ ਦੋਵੇਂ ਜਾਣੇ ਇੱਕ ਦੂਜੇ ਦੇ ਨਾਲ, ਇਦਾਂ ਹੱਸਦੇ ਖੇਡਦੇ ਰਹਿੰਦੇ ਹੋ? ਹਾਂਜੀ, ਦੋਨੋਂ ਨਹੀਂ ਤਿੰਨੋਂ ਹੀ ਅਸੀਂ ਬਾਲੇ ਹਸਮੁਖ ਜੇ ਹੈਗੇ ਆ, ਮੇਰਾ ਬੇਟਾ ਹੋ ਗਿਆ, ਇਹ ਹੋ ਗਿਆ, ਅਸੀਂ ਤਿੰਨੋਂ ਵਾਹਵਾ ਹਾਸੀਆਂ ਪਾਉਂਦੇ ਹਾਂ ਇੱਕ ਦੂਜੇ ਨਾਲ। ਜ਼ਰੂਰੀ ਨਹੀਂ ਹੈਗਾ ਟਿਕਟੋਕ 'ਤੇ ਚਲੋ ਨਹੀਂ, ਲੋਕ ਹੱਸਦੇ ਯਾਰ, ਅਸੀਂ ਤਾਂ ਵੀ, ਸਾਡਾ ਵੀ ਦਿਲ ਕਰਦਾ ਹੱਸਣ ਨੂੰ, ਠੀਕ ਹੈ ਨਾ, ਜਦੋਂ ਫਿਰ ਸਾਡਾ ਦਿਲ ਕਰਦਾ ਹੱਸਣ ਨੂੰ, ਫਿਰ ਅਸੀਂ ਇੱਕ ਦੀਪ ਬਰਾੜ ਆ ਜੀ, ਦੀਪ ਬਰਾੜ ਦੀਆਂ ਵੀਡੀਓ ਵੇਖਦੇ ਹਾਂ ਅਸੀਂ, ਸਾਨੂੰ ਬਹੁਤ ਸੋਹਣੀ ਲੱਗਦੀਆਂ ਨੇ, ਔਰ ਉਹ ਨੇ ਆਪਣੇ ਸਿੱਧੂ ਮੂਸੇਵਾਲੇ ਦੇ ਸਿਗਿਰਦ ਨੇ ਜਾਂ ਉਹਨਾਂ ਦੇ ਫੈਨ ਨੇ, ਵਾਹਵਾ ਸੋਹਣੀ ਸੋਹਣੀ ਵੀਡੀਓ ਬਣਾਉਂਦੇ ਨੇ ਦੀਪ ਬਰਾੜ। ਦੀਪ ਬਰਾੜ ਜਿੱਥੇ ਤੱਕ ਮੇਰੀ ਸੁਣਦੇ ਹੁਣ, ਮੈਨੂੰ ਫੋਨ ਨੰਬਰ ਦੇਣ, ਸਾਨੂੰ ਬਹੁਤ ਸਾਰਾ ਪਿਆਰ ਬਖਸ਼ਣ, ਅਸੀਂ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਬਖਸ਼ਦੇ ਹਾਂ, ਅਸੀਂ ਤਿੰਨੋਂ ਹੀ ਦੀਪ ਬਰਾੜ ਦੇ ਫੈਨ। ਤੁਹਾਡੀਆਂ ਹੋਰ ਆਉਣ ਵਾਲੀਆਂ ਫਿਲਮਾਂ ਜਿਹੜੀਆਂ, ਕਿਹੜੀ ਕਿਹੜੀ ਫਿਲਮਾਂ 'ਚ ਕੰਮ ਕਰ ਰਹੇ ਹੋ, ਬਾਕੀ ਤੁਸੀਂ ਕੋਈ ਗੀਤ ਵਗੈਰਾ ਕਰਨ ਦਾ ਨਹੀਂ ਸੋਚਿਆ? ਹਾਂਜੀ, ਪਰਸ ਫਿਲਮ ਆ ਰਹੀ ਆ, ਭਾਬੀ ਚੱਲੀ ਕਨੇਡਾ ਵੀਰ ਨੂੰ ਮਾਰ ਕੇ ਖੇਡਾ, 20 ਤਰੀਕ ਨੂੰ ਮੇਰੀ ਪਿਕਚਰ ਆ ਰਹੀ ਆ, ਪਰ ਇਹਦਾ ਨਾਂ ਦਾ ਨਹੀਂ ਪਤਾ ਹਾਲੇ ਮੈਨੂੰ, ਫਿਰ ਤੁਹਾਨੂੰ ਦੱਸਾਂਗੇ। ਅੱਛਾ, ਤੇ ਚੁੰਮਿਆਂ ਵਾਲੀ ਭਾਬੀ ਦੇ ਨਾਮ ਤੇ ਕੋਈ ਸਪੈਸ਼ਲ ਕੋਈ ਇਦਾਂ ਦੀ ਗੱਲ ਕਿ ਜਿਹੜੀ ਭਾਬੀ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਦੀ ਹੋਵੇ? ਹਾਂ, ਜਦੋਂ ਭਾਬੀ ਕਾਲੀ ਮਾਤਾ ਦੇ ਗਈ, ਜਦੋਂ ਜੀ ਮੈਂ ਤੇ ਮੇਰੀ ਬੇਟੀ ਕਾਲੀ ਮਾਤਾ ਦੇ ਗਏ ਸੀਗੇ, ਜਦ ਅਸੀਂ ਘਰੇ ਆਏ ਪਤਾ ਨਹੀਂ ਸੀ ਵੀ ਸਾਨੂੰ ਕੋਈ ਜਾਣਦਾ ਵਾ ਕਾਲੀ ਮਾਤਾ ਦੇ, ਪਰ ਜਦੋਂ ਦੇਖਿਆ ਵੀ ਸਾਨੂੰ ਤਾਂ ਸਾਰੇ ਜਾਣਦੇ ਨੇ, ਪਰ ਘਰੇ ਆ ਕੇ ਅਸੀਂ ਜਦੋਂ ਟਾਈਟਲ ਪਾਇਆ ਭਾਬੀ ਦਾ ਅੱਖ ਚੁੰਮੇ,
ਬਹੁਤ ਲੋਕਾਂ ਨੇ ਪਸੰਦ ਕੀਤਾ ਬਹੁਤ ਜ਼ਿਆਦਾ ਸ਼ਿਵ ਮੇਰੇ ਭੋਲੇਨਾਥ ਦੀ ਕਿਰਪਾ ਸਾਡੇ ਉੱਤੇ ਕਾਲੀ ਮਾਤਾ ਦੀ ਕਿਰਪਾ ਵਾ ਹੁਣ ਟਿਕਟੋਕ ਤੇ ਬੰਦ ਹੋ ਗਈ ਹੈ ਹੁਣ ਟਿਕਟੋਕ ਦੀ ਜਗ੍ਹਾ ਤੇ ਤੁਸੀਂ ਫੇਸਬੁੱਕ ਜਾਂ ਯੂਟਿਊਬ ਚਲਾ ਰਹੇ ਹੋ ਹਾਂਜੀ ਭੈਣ ਜੀ ਟਿਕਟੋਕ ਤਾਂ ਬੰਦ ਹੋ ਗਈ ਹੁਣ ਯੂਟਿਊਬ ਜਾਂ ਫੇਸਬੁੱਕ ਤੇ ਕੁਝ ਚਲਾ ਰਹੇ ਹੋ ਤੁਹਾਨੂੰ ਭਾਜੀ ਅਸੀਂ ਕੁਝ ਵੀ ਚਲਾ ਰਹੇ ਹਾਂ ਸਿਸਟਰ ਪਰ ਸਾਡਾ ਨਾ ਦਿਲ ਨਹੀਂ ਕਰਦਾ ਚਲਾਉਣ ਨੂੰ ਜਦ ਤੱਕ ਜਿਨ੍ਹਾਂ ਨੇ ਮਾਸ ਖਾਧਾ ਹੋਵੇ ਨਾ ਉਹ ਘਾਹ ਨਹੀਂ ਖਾਂਦੀ ਹੈਗੀ ਠੀਕ ਹੈ ਨਾ ਜਿਹੜਾ ਸਾਡਾ ਟਿਕਟੋਕ ਹੈ ਨਾ ਜੀ ਇੱਕ ਤਰ੍ਹਾਂ ਦਾ ਮਾਸ ਨਹੀਂ ਹੈਗਾ ਸਾਡਾ ਰੱਬ ਆ ਠੀਕ ਹੈ ਨਾ ਇੰਡੀਆ ਦੇ ਵਿੱਚ ਵੀ ਕੋਈ ਐਸਾ ਐਪ ਨਹੀਂ ਬਣਿਆ ਵੀ ਜਿਹੜਾ ਕਹਿੰਦੇ ਮਤਲਬ ਗਰੀਬ ਨੂੰ ਨੀਚੇ ਤੋਂ ਲੈ ਕੇ ਆਸਮਾਨ 'ਤੇ ਬਿਠਾ ਦੇ ਇੱਕ ਟਿਕਟੋਕ ਹੀ ਆ ਵੀ ਜਿਹੜਾ ਇਹ ਨੀਚੇ ਉਹ ਉੱਪਰ ਬਿਠਾਇਆ ਜਿਹਨੇ ਭਾਬੀ ਨੂੰ ਉਠਾ ਲਿਆ ਟਿਕਟੋਕ ਨੇ ਬੰਦੇ ਤੋਂ ਉਠਾਲ ਕੇ ਤੁਰੀ ਫਿਰਦੀ ਆ ਭਾਬੀ ਅੱਜ ਤੁਹਾਡੇ ਵਿੱਚ ਨੱਚਦੀ ਫਿਰਦੀ ਆ ਇਹੀ ਭਾਬੀ ਦਾ ਕਮਾਲ ਆ ਇਹੀ ਰੋੜੀ ਕੋਟ ਡਾਂਸ ਆ ਭਾਬੀ ਦਾ ਇਹੀ ਕਰੂਗੀ ਹੁਣ ਭਾਬੀ ਫਿਰ ਹੋ ਜਾ ਰੋੜੀ ਕੋਟ ਡਾਂਸ ਹਾਂਜੀ ਹਾਂਜੀ ਹੋ ਚਲੋ ਭਾਬੀ ਚਲੋ ਸੌਂਗ ਪਲੇ ਕਰ ਦੋ ਚਲ ਭਾਬੀ ਰੋੜੀ ਕੋਟ ਡਾਂਸ ਜਿਹੜਾ ਮੈਂ ਸਪੈਸ਼ਲ ਟ੍ਰੇਨਿੰਗ ਕਿੱਥੋਂ ਲਈ ਸੀ ਤੁਹਾਡੇ ਵੀਰ ਨੇ ਤੁਸੀਂ ਪਤਾ ਨਹੀਂ ਕਿੱਥੋਂ ਸਿੱਖ ਕੇ ਆਏ ਸੀ ਅੱਛਾ ਜਿੰਦਾ ਬਾਜੀ ਤੁਸੀਂ ਭਾਬੀ ਨੂੰ ਕਿੱਦਾਂ ਟ੍ਰੇਨ ਕੀਤਾ ਆਪਣੇ ਨਾਲ ਜਦੋਂ ਵੇਖਿਆ ਸ਼ੁਰੂ ਸ਼ੁਰੂ ਦੇ ਵਿੱਚ ਤੁਸੀਂ ਜਦੋਂ ਟਿਕਟੋਕ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਉਦੋਂ ਕੁਝ ਹੋਰ ਸੀ ਹੌਲੀ 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 ਇੰਪਰੂਵ ਹੁੰਦੇ ਗਏ ਕਿੱਦਾਂ ਕਿੱਦਾਂ ਤੁਹਾਡੇ ਖਿਆਲ ਆਉਂਦੇ ਗਏ ਜਿਹੜੀਆਂ ਰੋਜ਼ ਨਵੀਆਂ ਨਵੀਆਂ ਗੱਲਾਂ ਇਹ ਕਿੱਦਾਂ ਤੁਸੀਂ ਆਪ ਬਣਾਉਂਦੇ ਸੀ ਜਾਂ ਤੁਹਾਨੂੰ ਕੋਈ ਲਿਖ ਕੇ ਦਿੰਦਾ ਸੀ ਦੇਖੋ ਭੈਣ ਜੀ ਮੈਂ ਲਿਖੀਆਂ ਹੋਈਆਂ ਗੱਲਾਂ 'ਤੇ ਯਕੀਨ ਨਹੀਂ ਕਰਦਾ ਹੈਗਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ ਲਿਖੀਆਂ ਹੋਈਆਂ ਗੱਲਾਂ 'ਤੇ ਯਕੀਨ ਨਹੀਂ ਕਰਦਾ ਨਾ ਮੈਂ ਅੱਜ ਤੱਕ ਲਿਖੀਆਂ ਹੋਈਆਂ ਗੱਲਾਂ ਕਦੇ ਬੋਲੀਆਂ ਨੇ ਜਦੋਂ ਮੈਂ ਆਪਣਾ ਮੋਬਾਈਲ ਜਾਂ ਮੇਰੇ ਕੈਮਰਾ ਸਾਹਮਣੇ ਆਉਂਦਾ ਵੀ ਪਰਮਾਤਮਾ ਕੰਨੀਆਂ ਬਾਬੇ ਭੋਲੇਨਾਥ ਦੀ ਕਿਰਪਾ ਕੰਨੀਓ ਹੀ ਗੱਲਾਂ ਮੇਰੇ ਮੂੰਹ 'ਤੇ ਆਉਂਦੀਆਂ ਨੇ ਜਿਹਦਾ ਮੈਂ ਪਜਾਰੀ ਹਾਂ ਉਹਨੇ ਤਾਂ ਦੁਨੀਆ ਨਚਾਈ ਹੋਈ ਹੈ ਜਿੰਦਾ ਹੰਸ ਰਣਜੀਤ ਕੌਰ ਉਹ ਸਿਰਫ ਸਕਤੀ ਹੰਸ ਦੀ ਚੀਜ਼ ਆ ਠੀਕ ਹੈ ਨਾ ਜੈ ਬਾਬੇ ਭੋਲੇ ਦੀ ਜੈ ਮਾਂ ਕਾਲਕਾ ਦੀ ਜੈ ਮਾਂ ਕਾਲਕਾ ਮੇਰਾ ਪਰ ਹੱਥ ਰੱਖਿਆ ਸਾਡੇ ਤੇ ਸੋਣੀ ਜੀ ਹੋ ਜੇ ਸਕਿੱਟ ਇੱਕ ਫਿਰ ਸਕਿੱਟ ਨਹੀਂ ਮੈਂ ਆਪਣੇ ਰਾਮਲੀਲਾ ਡਾਇਲੌਗ ਸੁਣਾ ਸਕਦਾ ਹਾਂ ਜ਼ਰੂਰ ਜ਼ਰੂਰ ਤੁਸੀਂ ਦੋਨੇ ਜਣੇ ਸੁਣਾਓ ਨਹੀਂ ਇਹ ਤੁਸੀਂ ਸੁਣਾਉਂਦੇ ਜੀ दजाल लहरा गई मेरी शिखर आकाश के ऊपर मैं कुंठ बनाऊंगा कैलाश के ऊपर खर्च गंगा का जल होगा मेरे चरणों को धोने से रावण का नाम गूंजेगा दुनिया के कोने 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 में जी ये मेरे डायलॉग राव जी लाडे चलो हुण मैं बुढ़ा हो गया हुण वो गलबात नहीं बनती पर नहीं शेर बनाई लेंदी ने क्या बात है जी ਹਾਂ ਜਿੰਦਾ ਹੰਸ ਜੀ ਜਦੋਂ ਤੁਹਾਡੇ ਰਣਜੀਤ ਕੌਰ ਦੇ ਨਾਲ ਵਿਆਹ ਹੋਇਆ ਸੀ ਉਸ ਟਾਈਮ ਦੀ ਕੋਈ ਗੱਲ ਕੋਈ ਯਾਦ ਜਿਹੜੀ ਸਾਡੇ ਨਾਲ ਸਾਂਝੀ ਕਰਨੀ ਹੋਵੇ ਦੇਖੋ ਜੀ ਟੈਂਕੀ ਪਾਰਕ ਤਾਂ ਹੈ ਨਹੀਂ ਸੀ ਚਲੋ ਲੁਧਿਆਣੇ ਦੇ ਆਸ ਪਾਸ ਕੋਈ ਪਾਰਕ ਹੋਣੀ ਆ ਮੈਂ ਤਾਂ ਵੈਸੇ ਘੁੰਮਣ ਗਿਆ ਸੀ ਠੀਕ ਹੈ ਨਾ ਅੱਛਾ ਇਹ ਮੈਨੂੰ ਕੀ ਪਤਾ ਵੀ ਛੋਟਾ ਹਾਥੀ ਉੱਥੇ ਬੈਠਾ ਪਾਰਕ ਦੇ ਵਿੱਚ ਛੋਟਾ ਹਾਥੀ ਪਾਰਕ ਦੇ ਵਿੱਚ ਬੈਠਾ ਸੀ ਜਦੋਂ ਮੈਂ ਅੰਦਰ ਐਂਟਰੀ ਕਰੀ ਨਾ ਛੋਟੇ ਹਾਥੀ ਨੇ ਮੈਨੂੰ ਅੱਖ ਮਾਰੀ ਜੀ ਇੱਕ ਯਾਰਾਂ ਨੇ ਵੀ ਦੋ ਹੀ ਅੱਖਾਂ ਮਾਰਦੀਆਂ ਠੀਕ ਹੈ ਸਾਨੂੰ ਉਸ ਟਾਈਮ ਅੱਖਾਂ ਨਹੀਂ ਮਾਰਨੀਆਂ ਆਉਂਦੀਆਂ ਸੀ ਅੱਛਾ ਛੋਟੇ ਹਾਥੀ ਨੂੰ ਅੱਖ ਮਾਰਨੀ ਆਉਂਦੀ ਸੀ ਤੁਹਾਨੂੰ ਹਾਂ ਮੈਨੂੰ ਨਹੀਂ ਸੀ ਆਉਂਦੀ ਕਿਉਂਕਿ ਮੇਰੇ ਮਾਪੇ ਨੇ ਸਿਖਾਇਆ ਨਹੀਂ ਸੀ ਇਹਦੇ ਬੇਬੇ ਬਾਪੂ ਨੇ ਸ਼ੁਰੂ ਤੋਂ ਟ੍ਰੇਨਿੰਗ ਦਿੱਤੀ ਇਹਨਾਂ ਦੇ ਮਾਪੇ ਨੇ ਇਹ ਸਿਖਾਇਆ ਸੀ ਵੀ ਕੁੜੀਆਂ ਪੱਟ ਕੇ ਘਰੇ ਲੈ ਆਇਆ ਕਰੋ ਹਨਾ ਚੁੱਪ ਕਰਕੇ ਬਹਿ ਜਾ ਪਿਓ ਦੇ ਕਰਛੇ ਜੇ ਕਰਦੇ ਕੀ ਫਿਰਦੇ ਰਹਿੰਦੇ ਆ ਤੁਸੀਂ ਦੋਨੇ ਨਹੀਂ ਟਿਕਦੇ ਹੈਗੇ ਨਹੀਂ ਨਹੀਂ ਮੇਰੇ ਬੇਟੇ ਦਾ ਟਿਕਦਾ ਹੁਣ ਤੂੰ ਹੀ ਨਹੀਂ ਟਿਕਦੀ ਹੈਗੀ ਕੀ ਬਾਤ ਹੈ ਜੀ ਸੋ ਬਹੁਤ ਬਹੁਤ ਸ਼ੁਕਰੀਆ ਭਾਬੀ ਨੇ ਸਾਨੂੰ ਆਪਣਾ ਟਾਈਮ ਦਿੱਤਾ ਜਿੰਦੇ ਭਾਈ ਨੇ ਆਪਣਾ ਟਾਈਮ ਦਿੱਤਾ ਬਹੁਤ ਸਾਰੀਆਂ ਗੱਲਾਂ ਨੇ ਫਿਰ ਕਰਾਂਗੇ ਤੁਹਾਡੇ ਨਾਲ ਸੋ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ